ਪੰਜਾਬ, ਚੰਡੀਗੜ੍ਹ ਤੇ ਹਿਮਾਚਲ 'ਚ ਚੋਣ ਪ੍ਰਚਾਰ ਬੰਦ ਹੋ ਚੁੱਕਿਆ। ਤਿੰਨਾਂ ਸੂਬਿਆਂ 'ਚ ਵੋਟਿੰਗ ਆਖਰੀ ਗੇੜ 'ਚ ਹੋਣੀ ਹੈ। ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਚੋਣ ਕਮਿਸ਼ਨ ਦੀਆਂ ਖਾਸ ਹਦਾਇਤਾਂ ਵੀ ਲਾਗੂ ਹੋ ਗਈਆਂ ਨੇ। ਦੂਰੋਂ ਦੂਰੋਂ ਆਏ ਸਟਾਰ ਪ੍ਰਚਾਰਕਾਂ ਨੂੰ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਛੱਡਣਾ ਪੈਣਾ। ਸ਼ਰਾਬ ਦੇ ਠੇਕੇ ਵੀ ਬੰਦ ਹੋ ਗਏ ਨੇ ਜੋ 1 ਜੂਨ ਤੋਂ ਬਾਅਦ ਖੁੱਲ੍ਹਣਗੇ। ਕਿਸੇ ਵੀ ਹੋਟਲ ਜਾਂ ਰੈਸਟੋਰੈਂਟ 'ਚ ਸ਼ਰਾਬ ਨਹੀਂ ਪਰੋਸੀ ਜਾਵੇਗੀ। ਸ਼ਾਮ ਨੂੰ ਕੋਈ ਪਬਲਿਕ ਮੀਟਿੰਗ ਨਹੀਂ ਹੋਵੇਗੀ। ਕਿਸੇ ਕਿਸਮ ਦਾ ਪ੍ਰਦਰਸ਼ਨ ਨਹੀਂ, ਨਾਅਰੇ ਲਗਾਉਣ 'ਤੇ ਵੀ ਮਨਾਹੀ ਹੈ ਅਤੇ 5 ਤੋਂ ਜ਼ਿਆਦਾ ਲੋਕ ਵੀ ਇਕੱਠੇ ਨਹੀਂ ਹੋ ਸਕਦੇ। ਲਾਊਡ ਸਪੀਕਰਾਂ ਦੇ ਇਸਤੇਮਾਲ 'ਤੇ ਮਨਾਹੀ ਹੈ। ਹਾਲਾਂਕਿ ਡੋਰ ਟੂ ਡੋਰ ਜਾ ਕੇ ਉਮੀਦਵਾਰ ਆਪਣੇ ਲਈ ਵੋਟ ਮੰਗ ਸਕਦੇ ਨੇ। ਸੂਬੇ ਦੀਆਂ 13 ਲੋਕ ਸਭਾ ਸੀਟਾਂ 'ਤੇ ਇਸ ਵਾਰ ਕੁੱਲ 328 ਉਮੀਦਵਾਰ ਚੁਣਾਵੀ ਮੈਦਾਨ 'ਚ ਨੇ। ਇਹਨਾਂ 'ਚੋਂ 169 ਆਜ਼ਾਦ ਉਮੀਦਵਾਰ ਨੇ। ਸੂਬੇ 'ਚ 2.14 ਕਰੋੜ ਵੋਟਰ ਨੇ। ਇਹਨਾਂ 'ਚੋਂ 1,12,67,019 ਪੁਰਸ਼ ਅਤੇ 1,01,53,767 ਮਹਿਲਾ ਵੋਟਰਸ ਨੇ। 5.38 ਲੱਖ ਵੋਟਰ 18 ਤੋਂ 19 ਸਾਲ ਦੇ ਵਿਚਾਲੇ ਨੇ ਜੋ ਕਿ ਪਹਿਲੀ ਵਾਰ ਵੋਟ ਕਰਨਗੇ, ਜਦਕਿ 1.99 ਲੱਖ ਵੋਟਰ 85 ਸਾਲਾਂ ਤੋਂ ਵੱਧ ਉਮਰ ਦੇ ਨੇ। 1 ਜੂਨ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਣੀ ਹੈ। ਇਸ ਲਈ 25,451 ਵੋਟਿੰਗ ਕੇਂਦਰ ਬਣਾਏ ਗਏ ਨੇ। ਇਸ ਦੇ ਨਾਲ ਹੀ ਸਾਰੀਆਂ ਪੋਲਿੰਗ ਪਾਰਟੀਆਂ ਨੂੰ 31 ਮਈ ਸ਼ਾਮ ਤੱਕ ਆਪਣੇ ਆਪਣੇ ਪੋਲਿੰਗ ਬੂਥ ਪੂਰੀ ਤਰ੍ਹਾਂ ਤਿਆਰ ਕਰਨੇ ਹੋਣਗੇ ਤਾਂ ਕਿ 1 ਜੂਨ ਨੂੰ ਸਵੇਰੇ ਵੋਟਿੰਗ ਸ਼ੁਰੂ ਕੀਤੀ ਜਾ ਸਕੇ। ਅਖੀਰ 'ਤੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਰਕਾਰਾਂ ਨੂੰ ਲਾਹਣਤਾ ਪਾਉਣ ਤੋਂ ਇਲਾਵਾ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਕੇ ਆਪਣੀ ਸਰਕਾਰ ਚੁਣੋ। ਪੰਜਾਬ, ਚੰਡੀਗੜ੍ਹ ਤੇ ਹਿਮਾਚਲ 'ਚ ਚੋਣ ਪ੍ਰਚਾਰ ਬੰਦ ਹੋ ਚੁੱਕਿਆ। ਤਿੰਨਾਂ ਸੂਬਿਆਂ 'ਚ ਵੋਟਿੰਗ ਆਖਰੀ ਗੇੜ 'ਚ ਹੋਣੀ ਹੈ। ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਚੋਣ ਕਮਿਸ਼ਨ ਦੀਆਂ ਖਾਸ ਹਦਾਇਤਾਂ ਵੀ ਲਾਗੂ ਹੋ ਗਈਆਂ ਨੇ। ਦੂਰੋਂ ਦੂਰੋਂ ਆਏ ਸਟਾਰ ਪ੍ਰਚਾਰਕਾਂ ਨੂੰ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਛੱਡਣਾ ਪੈਣਾ। ਸ਼ਰਾਬ ਦੇ ਠੇਕੇ ਵੀ ਬੰਦ ਹੋ ਗਏ ਨੇ ਜੋ 1 ਜੂਨ ਤੋਂ ਬਾਅਦ ਖੁੱਲ੍ਹਣਗੇ। ਕਿਸੇ ਵੀ ਹੋਟਲ ਜਾਂ ਰੈਸਟੋਰੈਂਟ 'ਚ ਸ਼ਰਾਬ ਨਹੀਂ ਪਰੋਸੀ ਜਾਵੇਗੀ। ਸ਼ਾਮ ਨੂੰ ਕੋਈ ਪਬਲਿਕ ਮੀਟਿੰਗ ਨਹੀਂ ਹੋਵੇਗੀ। ਕਿਸੇ ਕਿਸਮ ਦਾ ਪ੍ਰਦਰਸ਼ਨ ਨਹੀਂ, ਨਾਅਰੇ ਲਗਾਉਣ 'ਤੇ ਵੀ ਮਨਾਹੀ ਹੈ ਅਤੇ 5 ਤੋਂ ਜ਼ਿਆਦਾ ਲੋਕ ਵੀ ਇਕੱਠੇ ਨਹੀਂ ਹੋ ਸਕਦੇ। ਲਾਊਡ ਸਪੀਕਰਾਂ ਦੇ ਇਸਤੇਮਾਲ 'ਤੇ ਮਨਾਹੀ ਹੈ। ਹਾਲਾਂਕਿ ਡੋਰ ਟੂ ਡੋਰ ਜਾ ਕੇ ਉਮੀਦਵਾਰ ਆਪਣੇ ਲਈ ਵੋਟ ਮੰਗ ਸਕਦੇ ਨੇ। ਸੂਬੇ ਦੀਆਂ 13 ਲੋਕ ਸਭਾ ਸੀਟਾਂ 'ਤੇ ਇਸ ਵਾਰ ਕੁੱਲ 328 ਉਮੀਦਵਾਰ ਚੁਣਾਵੀ ਮੈਦਾਨ 'ਚ ਨੇ। ਇਹਨਾਂ 'ਚੋਂ 169 ਆਜ਼ਾਦ ਉਮੀਦਵਾਰ ਨੇ। ਸੂਬੇ 'ਚ 2.14 ਕਰੋੜ ਵੋਟਰ ਨੇ। ਇਹਨਾਂ 'ਚੋਂ 1,12,67,019 ਪੁਰਸ਼ ਅਤੇ 1,01,53,767 ਮਹਿਲਾ ਵੋਟਰਸ ਨੇ। 5.38 ਲੱਖ ਵੋਟਰ 18 ਤੋਂ 19 ਸਾਲ ਦੇ ਵਿਚਾਲੇ ਨੇ ਜੋ ਕਿ ਪਹਿਲੀ ਵਾਰ ਵੋਟ ਕਰਨਗੇ, ਜਦਕਿ 1.99 ਲੱਖ ਵੋਟਰ 85 ਸਾਲਾਂ ਤੋਂ ਵੱਧ ਉਮਰ ਦੇ ਨੇ। 1 ਜੂਨ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਣੀ ਹੈ। ਇਸ ਲਈ 25,451 ਵੋਟਿੰਗ ਕੇਂਦਰ ਬਣਾਏ ਗਏ ਨੇ। ਇਸ ਦੇ ਨਾਲ ਹੀ ਸਾਰੀਆਂ ਪੋਲਿੰਗ ਪਾਰਟੀਆਂ ਨੂੰ 31 ਮਈ ਸ਼ਾਮ ਤੱਕ ਆਪਣੇ ਆਪਣੇ ਪੋਲਿੰਗ ਬੂਥ ਪੂਰੀ ਤਰ੍ਹਾਂ ਤਿਆਰ ਕਰਨੇ ਹੋਣਗੇ ਤਾਂ ਕਿ 1 ਜੂਨ ਨੂੰ ਸਵੇਰੇ ਵੋਟਿੰਗ ਸ਼ੁਰੂ ਕੀਤੀ ਜਾ ਸਕੇ। ਅਖੀਰ 'ਤੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਰਕਾਰਾਂ ਨੂੰ ਲਾਹਣਤਾ ਪਾਉਣ ਤੋਂ ਇਲਾਵਾ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਕੇ ਆਪਣੀ ਸਰਕਾਰ ਚੁਣੋ।